ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ MSW ਸਟੱਡੀ ਫੋਰ ਜੋਬ ਦੇ ਵਿੱਚ। ਆਪਣੀ ਕਲਾਸਾਂ ਚੱਲ ਰਹੀਆਂ ਸੀ ਜੀਓਗ੍ਰਾਫੀ ਦੇ ਨਾਲ, ਜਿਸਦੇ ਪਿੱਛੇ 6-7 ਵੀਡੀਓ ਬਣ ਚੁੱਕੀਆਂ ਨੇਗੀਆਂ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਅਤੇ ਪਲੇਲਿਸਟ ਦੇ ਵਿੱਚ ਜਾ ਕੇ ਸਾਡੀ ਪਿਛਲੀ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ, ਤਾਂ ਕਿ ਤੁਹਾਨੂੰ ਅੱਗੇ ਦੇ ਲਿੰਕ ਨੇ ਜੋ ਨੋਟੀਫਿਕੇਸ਼ਨ ਨੇ ਉਹ ਟਾਈਮ ਟੂ ਟਾਈਮ ਮਿਲਦੇ ਰਹਿਣ, ਚਾਹੇ ਉਹ ਕਿਸੇ ਜੋਬ ਨਾਲ ਰਿਲੇਟਡ ਨੇ, ਚਾਹੇ ਕਿਸੇ ਵੀ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ। ਤਾਂ ਸਰ ਦੇ ਦੁਆਰਾ ਬਹੁਤ ਵਧੀਆ ਤਿਆਰੀ ਕਰਵਾਈ ਜਾ ਰਹੀ ਹੈ ਜੀ, ਤੁਸੀਂ ਕਿਸੇ ਵੀ ਪੇਪਰ ਲਈ ਤਿਆਰੀ ਕਰ ਸਕਦੇ ਹੋ। ਸੋ ਆਓ ਸਟਾਰਟ ਕਰਦੇ ਹਾਂ ਆਪਣੀ ਨੈਕਸਟ ਵੀਡੀਓ ਅੱਜ ਦੀ। ਅਦਾ ਫਸਟ ਕੁਸਚਨ ਹੈ, ਪਹਾੜ ਦਾ ਪਿਛਲਾ ਪਾਸਾ ਜਿੱਥੇ ਵਰਖਾ ਨਹੀਂ ਹੁੰਦੀ ਡੈਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਹਾੜ ਦਾ ਪਿਛਲਾ ਪਾਸਾ ਜਿੱਥੇ ਵਰਖਾ ਨਹੀਂ ਹੁੰਦੀ ਡੈਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੁੱਕਾ ਜ਼ੋਨ, ਮਾਰੂਥਲ ਖੇਤਰ, ਵਰਖਾ ਪਰਛਾਵਾਂ ਖੇਤਰ, ਜਾਂ ਸਮਤਾਪ ਸੁੱਕਾ ਖੇਤਰ। ਇਸ ਕੁਸਚਨ ਦਾ ਜੋ ਰਾਈਟ ਆਂਸਰ ਹੋਊਗਾ ਜੀ ਆਪਣਾ, ਉਹ ਹੈ ਨੰਬਰ 3, ਵਰਖਾ ਪਰਛਾਵਾਂ ਖੇਤਰ। ਨੈਕਸਟ, ਤਰੇਲ ਉਦੋਂ ਪੈਂਦੀ ਹੈ ਜਦੋਂ, ਤਰੇਲ ਉਦੋਂ ਪੈਂਦੀ ਹੈ ਜਦੋਂ ਨਵੀਂ ਹਵਾ, ਨਵੀਂ ਵਾਲੀ ਹਵਾ ਠੰਡੀ ਸਤਹਿ 'ਤੇ ਜੰਮ ਜਾਂਦੀ ਹੈ। ਹਵਾ ਧਰਤੀ ਦੀ ਸਤਹਿ ਤੋਂ ਠੰਡੀ ਹੁੰਦੀ ਹੈ, ਰਾਤ ਨੂੰ ਅਸਮਾਨ ਢੱਕਿਆ ਰਹਿੰਦਾ ਹੈ, ਹਵਾ ਦੇ ਸੁੱਕੇਪਣ ਕਾਰਨ ਵਰਖਾ ਨਹੀਂ ਹੋ ਸਕਦੀ। ਤਰੇਲ ਕਦੋਂ ਪੈਂਦੀ ਹੈ? ਇਸ ਕੁਸਚਨ ਦਾ ਜੋ ਰਾਈਟ ਆਂਸਰ ਆਈ ਹੈ ਆਪਣਾ, ਉਹ ਨੰਬਰ 1, ਨਵੀਂ ਹਵਾ ਵਾਲੀ ਠੰਡੀ ਸਤਹਿ ਉੱਪਰ ਜੰਮ ਜਾਂਦੀ ਹੈ। ਨੈਕਸਟ, ਪ੍ਰਸਿੱਧ ਤੁਸਕਾਰੋਰਾ ਦੀਪ ਕਿੱਥੇ ਹੈ? ਅਮਰੀਕਾ ਦੇ ਨੇੜੇ, ਜਪਾਨ ਤੋਂ ਦੂਰ, ਲਕਸ਼ਦੀਪ ਤੋਂ ਦੂਰ, ਜਾਂ ਆਸਟ੍ਰੇਲੀਆਈ ਤੱਟ ਤੋਂ ਨੇੜੇ? ਇਸ ਕੁਸਚਨ ਦਾ ਰਾਈਟ ਆਂਸਰ ਆਈ ਹੈ ਆਪਣਾ, ਉਹ ਨੰਬਰ 2, ਜਪਾਨ ਤੋਂ ਦੂਰ। ਨੈਕਸਟ, ਸਮੁੰਦਰੀ ਪਾਣੀ ਵਿੱਚ ਕਿਹੜਾ ਮਿਸ਼ਰਣ ਅਧਿਕ ਮਾਤਰਾ ਵਿੱਚ ਹੁੰਦਾ ਹੈ? ਸਮੁੰਦਰ ਦੇ ਪਾਣੀ ਦੇ ਵਿੱਚ ਉਹ ਕਿਹੜਾ ਮਿਸ਼ਰਣ ਹੈ ਜਿਹੜਾ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ? ਕੈਲਸ਼ੀਅਮ, ਪੋਟਾਸ਼ੀਅਮ, ਸੋਡੀਅਮ, ਜਾਂ ਮੈਗਨੀਸ਼ੀਅਮ? ਇਸ ਕੁਸਚਨ ਦਾ ਜਿਹੜਾ ਰਾਈਟ ਆਂਸਰ ਆਈ ਹੈ ਆਪਣਾ, ਉਹ ਨੰਬਰ 3, ਸੋਡੀਅਮ ਕਲੋਰਾਈਡ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਖਾਰਾ ਪਾਣੀ, ਖਾਰਾਪਣ ਸਭ ਤੋਂ ਜ਼ਿਆਦਾ ਹੁੰਦਾ ਹੈ? ਹੇਠ ਲਿਖਿਆਂ ਵਿੱਚੋਂ ਕਿਸ ਦੇ ਵਿੱਚ ਜਿਹੜੇ ਨਮਕੀਨ ਦੀ ਮਾਤਰਾ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ? ਹਿੰਦ ਮਹਾਂਸਾਗਰ ਦੇ ਵਿੱਚ, ਲਾਲ ਸਮੁੰਦਰ ਦੇ ਵਿੱਚ, ਉੱਤਰੀ ਸ਼ਾਂਤ ਮਹਾਂਸਾਗਰ ਦੇ ਵਿੱਚ, ਜਾਂ ਉੱਤਰੀ ਅੰਧ ਮਹਾਂਸਾਗਰ ਦੇ ਵਿੱਚ? ਇਹਨਾਂ ਚਾਰੇ ਮਹਾਂਸਾਗਰਾਂ ਦੇ ਪਾਣੀ ਵਿੱਚੋਂ, ਜਿਹੜੇ ਇੱਕ ਲਾਲ ਸਮੁੰਦਰ ਹੋ ਗਿਆ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਖਾਰਾਪਣ ਹੈ ਜਿਹੜਾ, ਉਹ ਕਿਹੜੇ ਪਾਣੀ ਦੇ ਵਿੱਚ ਪਾਇਆ ਜਾਂਦਾ? ਇਸ ਕੁਸਚਨ ਦਾ ਜਿਹੜਾ ਰਾਈਟ ਆਂਸਰ ਆਈ ਆਪਣਾ, ਉਹ ਨੰਬਰ 2, ਲਾਲ ਸਮੁੰਦਰ ਦੇ ਵਿੱਚ। ਕਿਉਂਕਿ ਜੇਕਰ ਤੁਸੀਂ ਕਦੇ ਇਹ ਦੇਖਿਆ ਹੋਵੇਗਾ ਤਾਂ ਰੰਗ ਵੀ ਲਾਲ ਹੈ ਅਤੇ ਇਸਦੇ ਵਿੱਚ ਨਮਕ ਦੀ ਮਾਤਰਾ ਜੋ ਬਹੁਤ ਜ਼ਿਆਦਾ ਪਾਈ ਜਾਂਦੀ। ਨੈਕਸਟ, ਖਾੜੀ ਧਾਰਾ ਕੀ ਹੈ? ਖਾੜੀ ਧਾਰਾ ਕੀ ਹੈ? ਅੰਧ ਮਹਾਂਸਾਗਰ ਵਿੱਚ ਠੰਡੀ ਲਹਿਰ, ਸ਼ਾਂਤ ਮਹਾਂਸਾਗਰ ਵਿੱਚ ਠੰਡੀ ਲਹਿਰ, ਜਾਂ ਅੰਧ ਮਹਾਂਸਾਗਰ ਵਿੱਚ ਗਰਮ ਲਹਿਰ, ਜਾਂ ਸ਼ਾਂਤ ਮਹਾਂਸਾਗਰ ਦੇ ਵਿੱਚ ਗਰਮ ਲਹਿਰ? ਇਸ ਕੁਸਚਨ ਦਾ ਜਿਹੜਾ ਰਾਈਟ ਆਂਸਰ ਆਈ ਹੈ ਆਪਣਾ, ਉਹ ਨੰਬਰ 1, ਅੰਧ ਮਹਾਂਸਾਗਰ ਦੇ ਵਿੱਚ ਠੰਡੀ ਧਾਰਾ, ਜਾਂ ਠੰਡੀ ਲਹਿਰ ਕਹਿ ਸਕਦੇ ਹੋ। ਨੈਕਸਟ, ਹਿੰਦ ਮਹਾਂਸਾਗਰ ਵਿੱਚ ਕਿਹੜੀ ਗਰਮ ਧਾਰਾ ਵਹਿੰਦੀ ਹੈ? ਹਿੰਦ ਮਹਾਂਸਾਗਰ ਦੇ ਵਿੱਚ ਕਿਹੜੀ ਗਰਮ ਧਾਰਾ ਵਹਿੰਦੀ ਹੈ? ਇਸ ਕੁਸਚਨ ਦਾ ਜਿਹੜਾ ਰਾਈਟ ਆਂਸਰ ਆਈ ਹੈ ਆਪਣਾ, ਉਹ ਹੈ ਨੰਬਰ 2। ਇਸ ਤਰ੍ਹਾਂ ਦੇ ਕੁਸਚਨ ਬਹੁਤ ਜ਼ਿਆਦਾ ਆਉਂਦੇ ਨੇ, ਕਿਹੜੀ ਵੀ ਮਹਾਂਸਾਗਰ ਦੇ ਵਿੱਚ ਕਿਹੜੀ ਧਾਰਾ ਠੰਡੀ ਵਹਿੰਦੀ ਹੈ ਜਾਂ ਗਰਮ ਵਹਿੰਦੀ ਹੈ। ਸੋ ਇਹਨਾਂ ਨੂੰ ਥੋੜ੍ਹਾ ਧਿਆਨ ਲਾ ਕੇ ਸੁਣਿਓ। ਸ਼ਬਦ ਭੂ ਮੰਡਲ ਕਿਸ ਵੱਲ ਸੰਕੇਤ ਕਰਦਾ ਹੈ? ਸ਼ਬਦ ਭੂ ਮੰਡਲ ਹੈ ਜਿਹੜਾ ਕਿਸ ਵੱਲ ਸੰਕੇਤ ਕਰਦਾ ਹੈ? ਪੌਦੇ ਅਤੇ ਜਾਨਵਰ, ਧਰਤੀ ਦਾ ਅੰਦਰਲਾ ਭਾਗ, ਧਰਤੀ ਦੀ ਪੇਪੜੀ, ਇਹਨਾਂ ਵਿੱਚੋਂ ਕੋਈ ਵੀ ਨਹੀਂ? ਇਸ ਕੁਸਚਨ ਦਾ ਜਿਹੜਾ ਰਾਈਟ ਆਂਸਰ ਹੈ ਆਪਣਾ, ਉਹ ਨੰਬਰ 3, ਧਰਤੀ ਦੀ ਪੇਪੜੀ। ਨੈਕਸਟ, ਟਰਮ ਨਾਈਫ ਵੱਲ ਸੰਕੇਤ ਕਰਦੀ ਹੈ? ਟਰਮ ਨਾਈਫ ਡੈਸ਼ ਵੱਲ ਸੰਕੇਤ ਕਰਦੀ ਹੈ? ਭੂਚਾਲ ਦੇ ਵੱਲ, ਧਰਤੀ ਦਾ ਅੰਦਰੂਨੀ ਕੇਂਦਰ, ਧਰਤੀ ਦੀ ਪੇਪੜੀ, ਜਾਂ ਮਹਾਸਾਗਰੀ ਬੈਡਸ? ਇਸ ਕੁਸਚਨ ਦਾ ਰਾਈਟ ਆਂਸਰ ਆਈ ਆਪਣਾ, ਉਹ ਨੰਬਰ 2, ਧਰਤੀ ਦਾ ਅੰਦਰੂਨੀ ਕੇਂਦਰ। ਨੈਕਸਟ, ਧਰਤੀ ਦੇ ਕਠੋਰ ਤਲ ਦੀ ਪਰਤ ਨੂੰ ਡੈਸ਼ ਵੀ ਕਿਹਾ ਜਾਂਦਾ ਹੈ? ਜੋ ਧਰਤੀ ਦਾ ਕਠੋਰ ਤਲ ਹੈ ਉਸਦੀ ਜਿਹੜੀ ਪਰਤ ਆ ਉਸਨੂੰ ਡੈਸ਼ ਵੀ ਕਿਹਾ ਜਾਂਦਾ? ਸਿਆਲ, ਸੀਮਾ, ਮੋਹੇ, ਜਾਂ ਨਾਈਫ? ਇਹਦਾ ਜਿਹੜਾ ਸਹੀ ਆਂਸਰ ਆਈ ਹੈ ਆਪਣਾ, ਉਹ ਆ ਨੰਬਰ 1, ਸਿਆਲ। ਨੈਕਸਟ, ਉਹ ਸਿਧਾਂਤ ਜੋ ਸਾਨੂੰ ਦੱਸਦਾ ਹੈ ਕਿ ਉੱਤਰੀ ਅਮਰੀਕਾ ਅਤੇ ਅਫਰੀਕਾ ਮਹਾਂਦੀਪ ਕਿਸੇ ਸਮੇਂ ਇਕੱਠੇ ਜੁੜੇ ਹੋਏ ਸਨ ਦਾ ਨਾਂ ਹੈ?
ਉਹ ਕਿਹੜਾ ਸਿਧਾਂਤ ਹੈ ਜੋ ਸਾਨੂੰ ਦੱਸਦਾ ਹੈ ਕਿ ਉੱਤਰੀ ਅਮਰੀਕਾ ਅਤੇ ਅਫਰੀਕਾ ਮਹਾਂਦੀਪ ਕਿਸੇ ਸਮੇਂ ਇਕੱਠੇ ਜੁੜੇ ਹੋਏ ਸਨ? ਮਹਾਂਦੀਪਾਂ ਦੇ ਖਿਸਕਣ ਦਾ ਸਿਧਾਂਤ, ਇਸ ਕੁਸ਼ਚਨ ਦਾ ਰਾਈਟ ਆਂਸਰ ਹੈ ਆਪਣਾ ਉਹ ਹੈ ਨੰਬਰ ਇੱਕ, ਮਹਾਂਦੀਪਾਂ ਦੇ ਖਿਸਕਣ ਦਾ ਸਿਧਾਂਤ। ਨੈਕਸਟ, ਝੀਲਾਂ ਦੇ ਭਰਨ ਨਾਲ ਬਣੇ ਮੈਦਾਨਾਂ ਨੂੰ ਕੀ ਕਹਿੰਦੇ ਹਨ? ਝੀਲਾਂ ਦੇ ਭਰਨ ਦੇ ਨਾਲ ਬਣੇ ਮੈਦਾਨਾਂ ਨੂੰ ਕੀ ਕਹਿੰਦੇ ਹਨ? ਡੈਲਟਾ ਮੈਦਾਨ, ਹੜਦੇ ਮੈਦਾਨ ਜਾਂ ਸਖ਼ਤ ਮੈਦਾਨ? ਇਸ ਕੁਸ਼ਚਨ ਦਾ ਜਿਹੜਾ ਰਾਈਟ ਆਂਸਰ ਹੈ ਆਪਣਾ ਉਹ ਨੰਬਰ ਚਾਰ, ਤ੍ਰੀਖੰਡੀ ਉਭਰੇ ਮੈਦਾਨ। ਨੈਕਸਟ, ਚੂਨਾ ਪੱਥਰ ਖੇਤਰਾਂ ਵਿੱਚ ਬਣੇ ਮੈਦਾਨਾਂ ਨੂੰ ਕਹਿੰਦੇ ਹਨ? ਚੂਨਾ ਪੱਥਰ ਵਿੱਚ ਬਣੇ ਮੈਦਾਨਾਂ ਨੂੰ ਕੀ ਕਿਹਾ ਜਾਂਦਾ ਹੈ? ਇਸ ਕੁਸ਼ਚਨ ਦਾ ਰਾਈਟ ਆਂਸਰ ਹੈ ਆਪਣਾ ਉਹ ਨੰਬਰ ਇੱਕ, ਕਾਰਸਡ ਮੈਦਾਨ, ਕਾਰਸਡ ਦੇ ਮੈਦਾਨ। ਨੈਕਸਟ, ਮੈਦਾਨਾਂ ਅਤੇ ਪਹਾੜਾਂ ਵਿਚਕਾਰ ਸਥਿਤ ਪਠਾਰਾਂ ਨੂੰ ਕੀ ਕਿਹਾ ਜਾਂਦਾ ਹੈ? ਜੋ ਮੈਦਾਨ ਅਤੇ ਪਹਾੜਾਂ ਦੇ ਵਿਚਕਾਰ ਪਠਾਰ ਹੁੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਸ ਕੁਸ਼ਚਨ ਦਾ ਰਾਈਟ ਆਂਸਰ ਹੈ ਆਪਣਾ ਉਹ ਨੰਬਰ ਤਿੰਨ, ਫੀਡ ਮੌਟ ਪਠਾਰ। ਨੈਕਸਟ, ਲਾਲ ਸਮੁੰਦਰ ਉਦਾਹਰਨ ਹੈ ਇੱਕ ਲਿਪਟੇ ਹੋਏ ਢਾਂਚੇ ਦੀ, ਟੁੱਟੇ ਫੁੱਟੇ ਢਾਂਚੇ ਦੀ, ਲਾਵਾ ਢਾਂਚੇ ਦੀ ਜਾਂ ਬਚੇ ਖੁਚੇ ਢਾਂਚੇ ਦੀ? ਲਾਲ ਸਮੁੰਦਰ ਕਿਸ ਚੀਜ਼ ਦੀ ਉਦਾਹਰਨ ਹੈ? ਇਸ ਕੁਸ਼ਚਨ ਦਾ ਰਾਈਟ ਆਂਸਰ ਹੈ ਉਹ ਨੰਬਰ ਦੋ, ਟੁੱਟੇ ਫੁੱਟੇ ਢਾਂਚੇ ਦੀ। ਨੈਕਸਟ, ਪਰਿਵਰਤਿਤ ਚਟਾਨਾਂ ਬਣਦੀਆਂ ਹਨ, ਪਰਿਵਰਤਿਤ ਚਟਾਨਾਂ ਨੇ ਉਹ ਕਿਸ ਚੀਜ਼ ਤੋਂ ਬਣਦੀਆਂ ਹਨ? ਜਵਾਲਾਮੁਖੀ ਤੋਂ, ਤਲਛੱਟੀ ਚਟਾਨਾਂ ਤੋਂ, ਜਵਾਲਾਮੁਖੀ ਤਲਛੱਟੀ ਦੋਵਾਂ ਤੋਂ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਇਸ ਕੁਸ਼ਚਨ ਦਾ ਜੋ ਰਾਈਟ ਆਂਸਰ ਹੈ ਆਪਣਾ ਉਹ ਨੰਬਰ ਤਿੰਨ, ਜਵਾਲਾਮੁਖੀ ਅਤੇ ਤਲਛੱਟੀ ਦੋਵੇਂ ਚਟਾਨਾਂ ਦੇ ਮੇਲ ਤੋਂ ਨੇ ਜੋ ਜਿਹੜੀ ਪਰਿਵਰਤਿਤ ਚਟਾਨਾਂ ਨੇ ਉਹ ਬਣਦੀਆਂ ਨੇ। ਨੈਕਸਟ, ਲਾਵੇ ਦੇ ਸਖ਼ਤ ਹੋਣ ਨਾਲ ਧਰਤੀ ਦੇ ਅੰਦਰ ਡੂੰਘੀਆਂ ਬਣੀਆਂ ਚਟਾਨਾਂ ਨੂੰ ਕੀ ਕਿਹਾ ਜਾਂਦਾ ਹੈ? ਜੋ ਲਾਵਾ ਹੁੰਦਾ ਉਹ ਪਿਘਲ ਰਿਹਾ ਹੁੰਦਾ, ਜਦੋਂ ਧਰਤੀ ਦੇ ਅੰਦਰ ਜਾ ਕੇ ਠੋਸ ਬਣ ਜਾਂਦਾ, ਤੁਸੀਂ ਸਮਝ ਰਹੇ ਗੱਲ ਨੂੰ, ਜਿਹੜਾ ਲਾਵਾ ਹੁੰਦਾ ਜਦੋਂ ਪਿਘਲ ਕੇ ਧਰਤੀ ਦੇ ਅੰਦਰ ਚਲਿਆ ਜਾਂਦਾ, ਠੋਸ ਹੋ ਕੇ ਜੰਮ ਜਾਂਦਾ, ਤਾਂ ਉਹਨਾਂ ਦੁਆਰਾ ਬਣੀਆਂ ਚਟਾਨਾਂ ਨੂੰ ਕੀ ਕਿਹਾ ਜਾਂਦਾ ਹੈ? ਅਗਨੀ ਚਟਾਨਾ, ਜਵਾਲਾਮੁਖੀ ਚਟਾਨਾ, ਪਰਿਵਰਤਿਤ ਚਟਾਨਾ ਜਾਂ ਤਲਛੱਟੀ ਚਟਾਨਾ? ਇਸ ਕੁਸ਼ਚਨ ਦਾ ਸਹੀ ਆਂਸਰ ਹੈ ਉਹ ਨੰਬਰ ਇੱਕ, ਅਗਨੀ ਚਟਾਨਾ। ਨੈਕਸਟ, ਮਿੱਟੀ ਦੀਆਂ ਪਰਤਾਂ ਨੂੰ ਕਿਹਾ ਜਾਂਦਾ ਹੈ, ਮਿੱਟੀ ਦੀਆਂ ਜੋ ਪਰਤਾਂ ਹੁੰਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਸ ਕੁਸ਼ਚਨ ਦਾ ਸਹੀ ਆਂਸਰ ਹੈ ਉਹ ਨੰਬਰ ਇੱਕ। ਨੈਕਸਟ, ਰੂਸ ਦੇ ਘਾਹ ਦੇ ਮੈਦਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ? ਰੂਸ ਦੇ ਵਿੱਚ ਜੋ ਘਾਹ ਦੇ ਮੈਦਾਨ ਨੇ ਉਹਨਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ? ਇਸ ਤਰ੍ਹਾਂ ਦੇ ਕੁਸ਼ਚਨ ਬਹੁਤ ਆਉਂਦੇ ਨੇ ਪੇਪਰ ਦੇ ਵਿੱਚ ਆਪਾਂ ਦੇਖਣ ਵੇਲੇ, ਜਿੱਥੇ ਆਪਾਂ ਨੂੰ ਜਾ ਕੇ ਇਹ ਪਤਾ ਲੱਗਦਾ ਕਿ ਇਸ ਤਾਂ ਕਦੇ ਕੁਛ ਇਹ ਪੜ੍ਹੀ ਹੀ ਨਹੀਂ, ਕਦੇ ਦੇਖੀ ਹੀ ਨਹੀਂ। ਇਸ ਕੁਸ਼ਚਨ ਦਾ ਸਹੀ ਆਂਸਰ ਆਊਗਾ ਉਹ ਹੋਊਗਾ ਨੰਬਰ ਇੱਕ, ਕਿਰਗੀਜ਼। ਨੈਕਸਟ, ਚਾਵਲ ਕਿਹੜੇ ਖੇਤਰ ਦੀ ਸਭ ਤੋਂ ਵੱਧ ਮਹੱਤਵਪੂਰਨ ਫਸਲ ਹੈ? ਚਾਵਲ ਹੈ ਜੋ ਉਹ ਕਿਹੜੇ ਖੇਤਰ ਦੀ ਸਭ ਤੋਂ ਮਹੱਤਵਪੂਰਨ ਫਸਲ ਹੈ? ਭੂ ਮੱਧ ਖੇਤਰ ਦੀ, ਘਾਹ ਦੇ ਮੈਦਾਨ ਦੀ, ਊਸ਼ਣ ਕਟੀਬੰਧ ਮਾਨਸੂਨ ਦੀ ਜਾਂ ਭੂ ਮੱਧ ਸਾਗਰ ਦੀ? ਇਸ ਕੁਸ਼ਚਨ ਦਾ ਸਹੀ ਆਂਸਰ ਹੈ ਆਪਣਾ 157 ਨੰਬਰ ਕੁਸ਼ਚਨ, ਜਿਹੜਾ ਸਹੀ ਆਂਸਰ ਹੈ ਆਪਣਾ ਉਹ ਨੰਬਰ ਤਿੰਨ, ਊਸ਼ਣ ਕਟੀਬੰਧ ਮਾਨਸੂਨ ਖੇਤਰ ਦੀ। ਨੈਕਸਟ, ਟੂੰਡਰਾ ਖੇਤਰ ਦੀ ਸਭ ਤੋਂ ਵੱਧ ਮਹੱਤਵਪੂਰਨ ਗਤੀਵਿਧੀ ਹੈ, ਟੂੰਡਰਾ ਖੇਤਰ ਦੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਗਤੀਵਿਧੀ ਕਿਹੜੀ ਹੈ? ਮੱਛੀ ਪਾਲਣ, ਪਸ਼ੂ ਪਾਲਣ, ਸ਼ਿਕਾਰ ਕਰਨਾ ਜਾਂ ਫਸਲਾਂ ਨੂੰ ਉਗਾਉਣਾ? ਇਸ ਕੁਸ਼ਚਨ ਦਾ ਜੋ ਰਾਈਟ ਆਂਸਰ ਹੈ ਆਪਣਾ ਉਹ ਨੰਬਰ ਤਿੰਨ, ਸ਼ਿਕਾਰ ਕਰਨਾ। ਨੈਕਸਟ, ਰਸਦਾਰ ਫਸਲਾਂ ਫਲਾਂ ਲਈ ਕਿਹੜਾ ਖੇਤਰ ਪ੍ਰਸਿੱਧ ਹੈ? ਰਸਦਾਰ ਫਲਾਂ ਦੇ ਲਈ ਕਿਹੜਾ ਖੇਤਰ ਪ੍ਰਸਿੱਧ ਹੈ? ਮਾਰੂਥਲੀ, ਮਾਨਸੂਨੀ, ਮੱਧਮ ਘਾਹ ਦੇ ਮੈਦਾਨ, ਭੂ ਮੱਧ ਸਾਗਰੀ ਖੇਤਰ? ਇਸ ਕੁਸ਼ਚਨ ਦਾ ਰਾਈਟ ਆਂਸਰ ਹੈ ਆਪਣਾ ਉਹ ਨੰਬਰ ਚਾਰ, ਭੂ ਮੱਧ ਸਾਗਰੀ ਖੇਤਰ। ਨੈਕਸਟ, ਮੱਧਮ ਘਾਹ ਦੇ ਮੈਦਾਨਾਂ ਦੀ ਸਭ ਤੋਂ ਵੱਧ ਮਹੱਤਵਪੂਰਨ ਫਸਲ ਕਿਹੜੀ ਹੈ? ਖਜੂਰ, ਦਾਣਾ, ਰਸਦਾਰ ਫਲ ਜਾਂ ਗੰਨਾ? ਮੱਧਮ ਘਾਹ ਦੇ ਮੈਦਾਨਾਂ ਦੀ ਸਭ ਤੋਂ ਜ਼ਿਆਦਾ ਜਿਹੜੀ ਮਹੱਤਵਪੂਰਨ ਫਸਲ ਆ ਉਹ ਕਿਹੜੀ ਹੈ? ਇਸ ਕੁਸ਼ਚਨ ਦਾ ਸਹੀ ਆਂਸਰ ਹੈ ਉਹ ਨੰਬਰ ਤਿੰਨ, ਦਾਲਾਂ। ਨੈਕਸਟ, ਕਿਹੜਾ ਖੇਤਰ ਲਚਕਦਾਰ ਲੱਕੜੀ ਲਈ ਮਸ਼ਹੂਰ ਹੈ? ਉਹ ਕਿਹੜਾ ਖੇਤਰ ਹੈ ਜਿਹੜਾ ਲਚਕਦਾਰ ਲੱਕੜ ਲਈ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜਾਂ ਮਸ਼ਹੂਰ ਕਹਿ ਸਕਦੇ ਹੋ? ਮਾਨਸੂਨ ਖੇਤਰ, ਮੱਧ ਅਕਸ਼ਾਂਸ਼ੀ ਖੇਤਰ, ਟੂੰਡਰਾ ਖੇਤਰ, ਠੰਡੇ ਘਾਹ ਦੇ ਮੈਦਾਨ? ਇਸ ਕੁਸ਼ਚਨ ਦਾ ਸਹੀ ਆਂਸਰ ਹੈ ਆਪਣਾ ਨੰਬਰ ਚਾਰ, ਠੰਡੇ ਘਾਹ ਦੇ ਮੈਦਾਨ। ਨੈਕਸਟ, ਮੂੰਗਫਲੀ ਦਾ ਸਭ ਤੋਂ ਵੱਧ ਉਤਪਾਦਕ ਕਿਹੜਾ ਹੈ?
मूंगफली का सब तो वड्डा उत्पादक कौन है? भारत, सुडान, ब्राजील या चीन? इस क्वेश्चन का जो राइट आंसर आई है अपना वो नंबर एक भारत। किसी चीज़ तो अगे आया। नैक्सट, तंबाकू का सब तो वड्डा उत्पादक देश कौन है? तंबाकू का सब तो वड्डा उत्पादक देश कौन है? चीन, भारत, ब्राजील या अमरीका? इस क्वेश्चन का जो राइट आंसर होगा जी वो नंबर एक चीन। नैक्सट, ज्यों का सब तो वध मात्रा में उत्पादन होंदा है? ज्यों का सब तो वध मात्रा के उत्पादन होंदा है भारत के अमरीका दे विच, रूस दे विच या चीन दे विच? इस क्वेश्चन का सही आंसर है अपना नंबर तीन रूस दे विच। नैक्सट, लंबी रेशे वाली कपाह का सब तो वड्डा उत्पादक है? लंबे रेशे वाली कपाह का सब तो वड्डा उत्पादक कौन है? अमरीका, सुडान, भारत या चीन? 165 नंबर क्वेश्चन का सही आंसर ही नंबर एक अमरीका दे विच, जिहड़ी लंबे रेशे वाली कपाह की सब तो ज़्यादा उत्पादक हो भी उत्पाद हुंदा उसका। नैक्सट, पशुओं वसों किहड़े देश में सब तो ज़्यादा है? जां कह सकदे तुसीं जिहड़े एनीमल ने उन्हां दी सब तो ज़्यादा जिहड़ी गिनती है वो कित्थे हैगी? अमरीका दे विच, आस्ट्रेलिया दे विच, भारत दे विच या डेनमार्क दे विच? इस क्वेश्चन का राइट आंसर ही अपना नंबर तीन भारत दे विच। नैक्सट, भारत अगां वधू उत्पादक है? भारत अगां वधू उत्पादक है? इस क्वेश्चन का सही आंसर होगा जी अपना वह नंबर तीन मक्खण अते घी दा। नैक्सट, संसार विच मच्छी का सब तो वड्डा उत्पादक हुंदा है? संसार दे विच मच्छी का सब तो वध उत्पादन हुंदा है चीन दे विच, रूस दे विच, जापान दे विच या नार्वे दे विच? इस क्वेश्चन का सही आंसर होगा जी अपना वो नंबर एक चीन दे विच मच्छी का सब तो ज़्यादा उत्पादन हुंदा है। सो थैंक यू, आस करते हैं तुहानू साडी इहदी वीडियो बहुत पसंद आऊगी। सो वध तो वध लाइक शेयर ते कमेंट जरूर करना। सो थैंक यू।